श्रोमणी अकाली दल ने राहुल गांधी दी भारत जोड़ो यात्रा नु लेके खड़े किते सवाल। ए जेड़ी भारत जोड़ो यात्रा है, ठीक है, सियासी स्टंट राहुल गांधी जो मर्जी करी जावे, पर पंजाब दे लोग, पंजाब दे नौजवान जिन्ना चिर सवालों का स्पष्ट जवाब नहीं देंगे, ये भारत जोड़ो यात्रा का कोई मायना नहीं रखता। जिथे की एक प्रेस वार्ता करके श्रोमणी अकाली दल ने खड़े कर दिते ने यह अहम अते खास पंज सवाल। पंज सवाल कर रहे हैं मैं आज तोड़े रहे हैं। स्टैंड स्पष्ट करे पर की कांग्रेस दे वर्कर अते कांग्रेस दे होर विधायक अते एमपी दे सकनगे इना पंज सवालां दे जवाब। ता आखिर की है सारा मामला, आओ तुहानू दसदे हां। देश अंदर कांग्रेस नूं होर मजबूत करन लई कांग्रेस दे साबका प्रधान राहुल गांधी वल्लों शुरू कीती गई भारत जोड़ो यात्रा पंजाब विच शुरू करन तों पहलां बीते दिनी राहुल गांधी श्री दरबार साहिब श्री अमृतसर साहिब विखे अपने सिर ते केसरी दस्तार सजा के नतमस्तक होए सन। राहुल गांधी दे श्री दरबार साहिब विखे नतमस्तक होण दे उपर विरोधी पार्टियां दे वल्लों वी वड्डे सवाल खड़े किते जा रहे सी। फरीदकोट दे विच इस दे बाबत प्रेस वार्ता दौरान श्रोमणी अकाली दल दे जनरल सकत्तर परमबंस सिंह बंटी रोमाना ने कहा है कि राहुल गांधी दे बीते दिन श्री दरबार साहिब विखे नतमस्तक होण नाल सिख कौम दे जख्म मुड़ हरे हो गए ने। उन्हां भारत जोड़ो यात्रा दे दौरान राहुल गांधी नूं पंज वड्डे सवाल करके उन्हां दा जवाब मंगया है। राहुल गांधी उत्थे मत्था टेकण गया दरबार साहिब, 1984 च जो कुछ दरबार साहिब च ब्लू स्टार ऑपरेशन मौके वापरिया ਉਹ ਕਿਸੇ ਨੇ ਤੋਂ ਗੱਲ ਭੁੱਲੀ ਨਹੀਂ। ਰਾਹੁਲ ਗਾਂਧੀ ਦੀ ਦਾਦੀ ਕਾਂਗਰਸ ਪਾਰਟੀ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ਤੇ ਫੌਜ ਨੇ ਦਰਬਾਰ ਸਾਹਿਬ ਤੇ ਧਾਵਾ ਬੋਲਿਆ, ਟੈਂਕਾਂ ਤੋਪਾਂ ਨਾਲ ਮੀਰੀ ਪੀਰੀ ਦੇ ਮਾਲਕ ਦੇ ਉਸ ਤਖ਼ਤ ਨੂੰ ਢਹਿ ਢੇਰੀ ਕੀਤਾ ਗਿਆ। ਪੰਜ ਸਵਾਲ ਕਰ ਰਿਹਾ ਮੈਂ ਅੱਜ ਤੁਹਾਡੇ ਰਾਹੀਂ। ਸਟੈਂਡ ਸਪਸ਼ਟ ਕਰੇ, ਪੰਜਾਬ ਵਿੱਚ ਵੱਸਦੇ ਲੋਕ, ਸਿੱਖ ਕੌਮ ਤੇ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਇਹਨਾਂ ਪੰਜ ਸਵਾਲਾਂ ਦਾ ਜਵਾਬ ਪੁੱਛਦੇ ਆ ਉਹਦੇ। ਬੰਟੀ ਰੁਮਾਨਾ ਨੇ ਆਪਣੇ ਪਹਿਲੇ ਸਵਾਲ ਦੇ ਵਿੱਚ ਕਿਹਾ ਕਿ ਸਿੱਖ ਕੌਮ ਜਾਣਨਾ ਚਾਹੁੰਦੀ ਹੈ ਕਿ ਰਾਹੁਲ ਗਾਂਧੀ ਜਦ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਤਾਂ ਕੀ ਉਹਨਾਂ ਉਸ ਪਾਪ ਦੀ ਮੁਆਫੀ ਮੰਗੀ ਜਦੋਂ ਉਸ ਦੀ ਦਾਦੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਦਾ ਕਤਲ ਕਰਵਾਇਆ ਅਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕੀਤਾ। ਗੁਰੂ ਰਾਮਦਾਸ ਪਾਤਸ਼ਾਹ ਦਾ ਉਹ ਦਰ ਜਿੱਥੇ ਦੁਨੀਆ ਭਰ ਚੋਂ ਸੰਗਤਾਂ ਸਰਬੱਤ ਦੇ ਭਲੇ ਦੀ ਗੱਲ ਕਰਨ ਆਉਂਦੀਆਂ, ਸੁੱਖ ਮੰਗਣ ਆਉਂਦੀਆਂ, ਉਸ ਪ੍ਰਕਰਮਾ 'ਚ ਟੈਂਕਾਂ ਤੋਪਾਂ ਨੂੰ ਵਾੜਿਆ ਗਿਆ, ਪਵਿੱਤਰ ਦਿਨ ਚੁਣਿਆ ਗਿਆ, ਸੰਗਤਾਂ ਦੇ ਲਹੂ ਨਾਲ ਦਰਬਾਰ ਸਾਹਿਬ ਦਾ ਉਹ ਪਵਿੱਤਰ ਸਰੋਵਰ ਲਾਲ ਕਰ ਦਿੱਤਾ ਗਿਆ। ਮੈਂ ਇਹ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਨੂੰ ਕਿ ਕੀ ਉਸ ਗੱਲ ਦੀ ਉਹਨੇ ਨਤਮਸਤਕ ਹੁੰਦੇ ਸਮੇਂ ਉਸ ਗੱਲ ਦੀ, ਉਸ ਗੁਨਾਹ ਦੀ, ਉਸ ਬੱਜਰ ਪਾਪ ਦੀ ਮਾਫ਼ੀ ਮੰਗੀ ਗੁਰੂ ਸਾਹਿਬ ਤੋਂ? ਦੂਜੇ ਸਵਾਲ ਵਿੱਚ ਉਹਨਾਂ ਕਿਹਾ ਕਿ ਨਵੰਬਰ 1984 ਦੇ ਵਿੱਚ ਹੋਏ ਸਿੱਖ ਕੌਮ ਦੇ ਕਤਲੇਆਮ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਕੀਤਾ ਗਿਆ ਗੁਨਾਹ ਮੰਨ ਕੇ ਕੀ ਰਾਹੁਲ ਗਾਂਧੀ ਉਸ ਵੇਲੇ ਰਾਜੀਵ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ ਦੀ ਨਿਖੇਧੀ ਕਰਨਗੇ? 1984 ਚ ਜੋ ਕੁਛ ਨਵੰਬਰ ਚ ਹੋਇਆ, ਕਤਲੇਆਮ ਹੋਇਆ, ਫਿਰ ਇਹਦੇ ਬਾਪ ਦੀ ਜਿਹੜੀ ਸਟੇਟਮੈਂਟ ਆਈ ਤੇ ਅੱਜ ਤੱਕ ਜਿਹੜੀ ਇਹ ਸਰਪ੍ਰਸਤੀ ਕਾਂਗਰਸ ਦੇ ਉਹਨਾਂ ਲੀਡਰਾਂ ਦੀ ਕਰ ਰਹੇ ਜਿਹੜੇ ਕਤਲੇਆਮ ਚ ਸ਼ਾਮਿਲ ਸੀ, ਕੀ ਰਾਹੁਲ ਗਾਂਧੀ ਆਪਦੇ ਬਾਪ ਦੀ ਉਸ ਸਟੇਟਮੈਂਟ ਦੀ ਨਿੰਦਿਆ ਕਰਦਾ? ਕੀ ਰਾਹੁਲ ਗਾਂਧੀ ਉਸ ਕਤਲੇਆਮ ਨੂੰ ਕਾਂਗਰਸ ਪਾਰਟੀ ਵੱਲੋਂ ਕੀਤਾ ਗਿਆ ਇੱਕ ਗੁਨਾਹ ਮੰਨ ਕੇ ਉਹਦੀ ਸਿੱਖ ਕੌਮ ਤੋਂ ਮਾਫ਼ੀ ਮੰਗਦਾ? ਆਪਣੇ ਤੀਜੇ ਸਵਾਲ ਦੇ ਵਿੱਚ ਬੰਟੀ ਰੁਮਾਨਾ ਨੇ ਪੁੱਛਿਆ ਹੈ ਕਿ ਕੀ ਰਾਹੁਲ ਗਾਂਧੀ ਇੱਥੇ SYL ਯਾਨੀ ਕਿ ਸਤਲੁਜ ਯਮੁਨਾ ਲਿੰਕ ਦੇ ਉੱਪਰ ਆਪਣਾ ਸਟੈਂਡ ਸਪਸ਼ਟ ਕਰਨਗੇ? SYL ਦੇ ਮੁੱਦੇ ਤੇ ਰਾਹੁਲ ਗਾਂਧੀ ਆਪਦਾ ਸਟੈਂਡ ਸਪਸ਼ਟ ਕਰੇ, ਕਿਉਂਕਿ ਪੰਜਾਬ ਵਾਲੇ ਜੋ ਮਰਜ਼ੀ ਬੋਲੀ ਜਾਣ, ਚਾਹੇ ਕਾਂਗਰਸ ਦੇ ਹੈ, ਚਾਹੇ ਭਾਰਤੀ ਜਨਤਾ ਪਾਰਟੀ ਦੇ, ਚਾਹੇ ਆਮ ਆਦਮੀ ਪਾਰਟੀ ਦੇ, ਇਹਨਾਂ ਦੇ ਸਟੈਂਡ ਦੀ ਕੋਈ ਮਹੱਤਤਾ ਨਹੀਂ। ਰਾਹੁਲ ਗਾਂਧੀ ਕਾਂਗਰਸ ਪਾਰਟੀ ਦਾ ਲੀਡਰ ਹੈ। ਸਪਸ਼ਟ ਸਵਾਲ ਇਹ ਹੈ ਕਿ ਕੀ ਰਾਹੁਲ ਗਾਂਧੀ ਇਸ ਗੱਲ ਨੂੰ ਮੰਨਦਾ ਕਿ SYL ਨਹੀਂ ਬਣਨੀ ਚਾਹੀਦੀ ਤੇ ਇੱਕ ਵੀ ਤੁਪ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣਾ ਚਾਹੀਦਾ? ਸਪਸ਼ਟ ਜਵਾਬ ਦੇਵੇ ਇਸ। ਆਪਣੇ ਚੌਥੇ ਸਵਾਲ ਦੇ ਵਿੱਚ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਸਪਸ਼ਟ ਕਰਨ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਉਹਨਾਂ ਦਾ ਕੀ ਸਟੈਂਡ ਹੈ। ਕਿ ਚੰਡੀਗੜ੍ਹ ਤੇ ਰਾਹੁਲ ਗਾਂਧੀ ਦਾ ਕੀ ਸਟੈਂਡ ਹੈ? ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਰਾਜੀਵ ਲੌਂਗੋਵਾਲ ਰਿਕਾਰਡ ਹੋਇਆ, ਰੈਟੀਫਾਈ ਪਾਰਲੀਮੈਂਟ ਵੱਲੋਂ ਹੋਇਆ,
ਕੀ ਰਾਹੁਲ ਗਾਂਧੀ ਇਹ ਸਪਸ਼ਟ ਤੌਰ ਤੇ ਕਹਿਣਗੇ ਜਿੱਥੇ ਵੀ ਪ੍ਰੈਸ ਵਾਰਤਾ ਹੁੰਦੀ ਹੈ ਕਿ ਚੰਡੀਗੜ੍ਹ ਤੇ ਕੇਵਲ ਪੰਜਾਬ ਦਾ ਹੱਕ ਹੈ ਤੇ ਪੰਜਾਬ ਨੂੰ ਮਿਲਣਾ ਚਾਹੀਦਾ ਹੈ। ਪੰਜਵੇਂ ਸਵਾਲ ਦੇ ਵਿੱਚ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਕੁਝ ਸਾਲ ਪਹਿਲਾਂ ਪੰਜਾਬ ਆਏ ਸਨ ਅਤੇ ਆਪਣੀ ਉਸ ਫੇਰੀ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ 70% ਨੌਜਵਾਨਾਂ ਨੂੰ ਨਸ਼ੇੜੀ ਦੱਸਿਆ ਸੀ ਜਿਸ ਕਾਰਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਹੇਠੀ ਹੋਏ ਸੀ। ਉਹਨਾਂ ਕਿਹਾ ਹੈ ਕਿ ਜੇਕਰ ਰਾਹੁਲ ਗਾਂਧੀ ਦਾ ਬਿਆਨ ਸੱਚ ਸੀ ਤਾਂ ਕੀ ਉਹਨਾਂ ਦੇ ਨਾਲ ਚੱਲਦੇ ਯੂਥ ਕਾਂਗਰਸ ਦੇ ਨੌਜਵਾਨ ਨਸ਼ੇੜੀ ਹਨ। ਉਹਨਾਂ ਕਿਹਾ ਹੈ ਕਿ ਆਪਣੇ ਇਸ ਬਿਆਨ ਤੇ ਰਾਹੁਲ ਗਾਂਧੀ ਪੰਜਾਬ ਦੇ ਨੌਜਵਾਨਾਂ ਤੋਂ ਮਾਫ਼ੀ ਮੰਗਣਗੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਦੁਨੀਆ ਭਰ ਦੇ ਵਿੱਚ ਬਦਨਾਮ ਕੀਤਾ ਗਿਆ। ਜਿਹੜਾ ਰਾਹੁਲ ਗਾਂਧੀ ਦੀ ਸਟੇਟਮੈਂਟ ਤੋਂ ਗੱਲ ਸ਼ੁਰੂ ਹੋਈ ਕਿ 70% ਪੰਜਾਬ ਦੇ ਨੌਜਵਾਨ ਨਸ਼ੇ ਤੇ ਹੈ, ਨਸ਼ੇ ਦੇ ਆਦੀ ਹੈ। ਵੈਸੇ ਤਾਂ ਫਿਰ ਉਸ ਹਿਸਾਬ ਨਾਲ ਜਿਹੜਾ ਕੋਈ ਰਾਹੁਲ ਗਾਂਧੀ ਨਾਲ ਤੁਰ ਰਿਹਾ ਹੈ ਫਿਰ ਤਾਂ ਉਹਨਾਂ ਚੋਂ ਵੀ 70% ਨਸ਼ੇ ਤੇ ਹੀ ਹੋਣੇ, ਨਸ਼ੇੜੀਆਂ ਨੂੰ ਨਾਲ ਲਈ ਫਿਰਦਾ ਉਹ। ਆ ਜਿੰਨੇ ਤੁਰੇ ਫਿਰਦੇ ਹੈ ਕਿ ਇਹਨਾਂ ਚੋਂ 70% ਦੇਖੋ ਜੇ ਐਵਰੇਜ ਕੱਢੋਗੇ ਤਾਂ ਹਰ ਥਾਂ ਤੇ ਫਿਰ ਉਹੀ ਨਿਕਲਣਾ ਕਿ 70% ਉਹਨਾਂ ਚੋਂ ਨਸ਼ੇੜੀ ਹੈ। ਜੇ ਨਹੀਂ ਤਾਂ ਫਿਰ ਪੰਜਾਬ ਦੇ ਨੌਜਵਾਨਾਂ ਤੋਂ ਮਾਫ਼ੀ ਮੰਗੇ। ਇਸ ਤੋਂ ਇਲਾਵਾ ਰੋਮਾਨਾ ਨੇ ਇਹ ਵੀ ਕਿਹਾ ਹੈ ਕਿ ਰਾਹੁਲ ਗਾਂਧੀ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਉਹਨਾਂ ਦੇ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦੇਣ। ਤਾਂ ਹੁਣ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੰਟੀ ਰੋਮਾਨਾ ਦੇ ਵੱਲੋਂ ਪੁੱਛੇ ਗਏ ਇਸ ਸਵਾਲ ਦਾ ਕੀ ਜਵਾਬ ਦੇਣਗੇ ਰਾਹੁਲ ਗਾਂਧੀ, ਜਾਂ ਫਿਰ ਰਾਹੁਲ ਗਾਂਧੀ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਵੀ ਅਣਸੁਣਾ ਕਰ ਦੇਣਗੇ। ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।